ਅੱਖਾਂ ਦੀ ਆਵਾਜ਼ ਸਤਲੁਜ ਟੀਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹੈ। ਸਤਿ ਸ਼੍ਰੀ ਅਕਾਲ, ਮੈਂ ਹਾਂ ਹਰਵਿੰਦ ਕੌਰ, ਅੱਜ ਦੀਆਂ ਪੰਜਾਬੀ ਖਬਰਾਂ ਲੈ ਕੇ ਹਾਜ਼ਰ ਹਾਂ। ਸ਼ੁਰੂਆਤ ਕਰ ਲੈਂਦੇ ਹਾਂ ਸੁਰਖੀਆਂ ਦੇ ਨਾਲ। ਪੰਜਾਬ ਅੰਦਰ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦਾ ਦਲ ਖਾਲਸਾ ਨੇ ਕੀਤਾ ਬਾਈਕਾਟ, ਕਿਹਾ ਇਹ ਚੋਣਾਂ ਪੰਜਾਬ ਦੀਆਂ ਸਮੱਸਿਆਵਾਂ ਅਤੇ ਸਿੱਖਾਂ ਦੀ ਕੌਮੀ ਸਥਿਤੀ ਨੂੰ ਬਿਹਤਰ ਕਰਨ ਦੇ ਵਿੱਚ ਨਹੀਂ ਹੋ ਸਕਦੀਆਂ ਸਹਾਈ। ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਪ੍ਰਚਾਰ ਹੋਇਆ ਤੇਜ਼, ਆਪੋ ਆਪਣੇ ਤਰੀਕੇ ਦੇ ਨਾਲ ਸੰਗਤ ਕਰ ਰਹੀ ਹੈ ਭਾਈ ਅੰਮ੍ਰਿਤਪਾਲ ਲਈ ਆਵਾਜ਼ ਬੁਲੰਦ, ਲੋਕਾਂ ਦੇ ਸਹਿਯੋਗ ਦੀ ਕੀਤੀ ਜਾ ਰਹੀ ਹੈ ਅਪੀਲ। ਕਾਂਗਰਸ ਤੋਂ ਨਾਰਾਜ਼ ਚੱਲ ਰਹੇ ਦਲਬੀਰ ਗੋਲਡੀ ਨੇ ਫੜਿਆ ਆਪ ਦਾ ਪੱਲਾ, ਕਾਂਗਰਸੀਆਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਭਾਰੀ ਰੋਸ। ਰਾਜਾ ਵੜਿੰਗ ਦੀ ਪਤਨੀ ਤੋਂ ਬਾਅਦ ਅਮਰਪਾਲ ਬੋਨੀ ਅਜਨਾਲਾ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਪਹੁੰਚਾਈ ਠੇਸ, ਦਿੱਤਾ ਵਿਵਾਦਿਤ ਬਿਆਨ, ਕਿਹਾ ਈਸਾਈ ਧਰਮ ਸਿੱਖ ਧਰਮ ਤੋਂ ਹੈ ਵੱਡਾ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਪੰਜਾਬ ਅੰਦਰ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਪ੍ਰਤੀ ਆਪਣਾ ਸਟੈਂਡ ਅਤੇ ਨੀਤੀ ਸਪਸ਼ਟ ਕਰਦਿਆਂ ਦਲ ਖਾਲਸਾ ਨੇ ਐਲਾਨ ਕੀਤਾ ਕਿ ਉਹਨਾਂ ਦੀ ਜਥੇਬੰਦੀ ਭਾਰਤੀ ਨਿਜ਼ਾਮ ਹੇਠ ਹੋ ਰਹੀਆਂ ਚੋਣਾਂ ਦਾ ਬਾਈਕਾਟ ਕਰਦੀ ਹੈ। ਉਹਨਾਂ ਕਿਹਾ ਹੈ ਕਿ ਇਹ ਚੋਣਾਂ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦੀਆਂ ਹਨ ਅਤੇ ਨਾ ਹੀ ਸਿੱਖਾਂ ਦੀ ਕੌਮੀ ਸਥਿਤੀ ਨੂੰ ਬਿਹਤਰ ਕਰਨ ਦੇ ਵਿੱਚ ਸਹਾਈ ਹੋ ਸਕਦੀਆਂ ਹਨ। ਇਸ ਲਈ ਦਲ ਖਾਲਸਾ ਨੇ ਲੋਕ ਸਭਾ ਚੋਣਾਂ ਤੋਂ ਦੂਰ ਰਹਿਣ ਦਾ ਫੈਸਲਾ ਲਿਆ। ਭਾਰਤੀ ਨਿਜ਼ਾਮ ਹੇਠ ਚੋਣਾਂ ਵਿੱਚ ਹਿੱਸਾ ਲੈਣਾ ਅਰਥਹੀਣ ਅਤੇ ਬੇਮਤਲਬੀ ਹੈ। ਦਲ ਖਾਲਸਾ ਦਾ ਮੰਨਣਾ ਹੈ ਕਿ ਮੌਜੂਦਾ ਭਾਰਤੀ ਨਿਜ਼ਾਮ ਹੇਠ ਚੋਣਾਂ ਸਵੈ ਨਿਰਣੇ ਦੇ ਅਧਿਕਾਰ ਦਾ ਬਦਲ ਨਹੀਂ ਹੋ ਸਕਦੀਆਂ। ਪੰਜਾਬ ਵਿੱਚ 1 ਜੂਨ ਨੂੰ ਹੋਣ ਜਾ ਰਹੀਆਂ ਭਾਰਤੀ ਲੋਕ ਸਭਾ ਚੋਣਾਂ ਤੋਂ ਦਲ ਖਾਲਸਾ ਨੇ ਦੂਰ ਰਹਿਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਜਥੇਬੰਦੀ ਦੀ 15 ਮੈਂਬਰੀ ਅੰਤਰਿੰਗ ਕਮੇਟੀ ਦੀ ਬੀਤੇ ਦਿਨੀ ਹੋਈ ਮੀਟਿੰਗ ਵਿੱਚ ਲਿਆ ਗਿਆ ਸੀ, ਜਿਸ ਦੀ ਪ੍ਰਧਾਨਗੀ ਦਲ ਖਾਲਸਾ ਦੇ ਪ੍ਰਧਾਨ ਸਰਦਾਰ ਹਰਪਾਲ ਸਿੰਘ ਚੀਮਾ ਨੇ ਕੀਤੀ ਸੀ। ਜਥੇਬੰਦੀ ਦਾ ਮੰਨਣਾ ਹੈ ਕਿ ਗੁਲਾਮ ਕੌਮਾਂ ਆਪਣੇ ਉੱਤੇ ਕਾਬਜ ਮੁਲਕ ਅਤੇ ਉਸ ਦੇ ਜ਼ੁਲਮ ਢਾਉਣ ਵਾਲੇ ਸਿਸਟਮ ਅਤੇ ਤੰਤਰ ਨੂੰ ਕਿਸੇ ਵੀ ਦੇਣ ਵਾਲੀ ਕਿਸੇ ਵੀ ਪ੍ਰਕਿਰਿਆ ਵਿੱਚ ਹਿੱਸਾ ਨਹੀਂ ਲੈਂਦੀਆਂ। ਇਹ ਚੋਣਾਂ ਪੰਜਾਬ ਸਮੱਸਿਆ ਦਾ ਹੱਲ ਨਹੀਂ ਕਰ ਸਕਦੀਆਂ ਅਤੇ ਨਾ ਹੀ ਸਿੱਖਾਂ ਦੀ ਕੌਮੀ ਸਥਿਤੀ ਨੂੰ ਬਿਹਤਰ ਕਰਨ ਵਿੱਚ ਸਹਾਈ ਹੋ ਸਕਦੀਆਂ ਹਨ। ਭਾਰਤ ਤੋਂ ਆਜ਼ਾਦੀ ਹਾਸਲ ਕਰਨ ਲਈ ਚੋਣਾਂ ਵਿੱਚ ਹਿੱਸਾ ਲੈਣ ਤੋਂ ਬਿਨਾਂ ਹੋਰ ਵੀ ਬਦਲਵੇਂ ਰਾਹ ਅਤੇ ਪੈਂਤੜੇ ਮੌਜੂਦ ਹਨ ਅਤੇ ਬਦਲਦੇ ਸਮਿਆਂ ਵਿੱਚ ਸਾਡੀ ਕੌਮ ਨੂੰ ਵਧੇਰੇ ਸੁਚੇਤ ਹੋਣ ਦੀ ਲੋੜ ਹੈ। ਸੰਘਰਸ਼ ਅਤੇ ਅੰਦੋਲਨ, ਨਾ ਕਿ ਭਾਰਤੀ ਸਿਸਟਮ ਅਧੀਨ ਚੋਣਾਂ ਸਾਡੀ ਪ੍ਰਾਥਮਿਕਤਾ ਰਹੇ ਹਨ ਅਤੇ ਅੱਜ ਵੀ ਹਨ। ਖਾਲਿਸਤਾਨ ਦੇ ਸੰਘਰਸ਼ ਵਿੱਚ ਆਪਣੀਆਂ ਜਾਨਾਂ ਨਿਸ਼ਾਵਰ ਕਰਨ ਵਾਲੀਆਂ ਹਜ਼ਾਰਾਂ ਸ਼ਹੀਦਾਂ, ਲੰਬੇ ਸਮੇਂ ਤੋਂ ਨਜ਼ਰਬੰਦੀਆਂ ਅਤੇ ਜਲਾਵਤਨੀਆਂ ਹੰਡਾਰੇ ਮਰਜੀਵੜਿਆਂ ਦੀਆਂ ਘਾਲਣਾਵਾਂ ਨੂੰ ਚੋਣਾਂ ਦੀ ਸਸਤੀ ਖੇਡ ਤੋਂ ਕੁਰਬਾਨ ਨਹੀਂ ਕੀਤਾ ਜਾ ਸਕਦਾ। ਪਿਛਲੇ ਵਰ੍ਹੇ 2023 ਵਿੱਚ ਅਸੀਂ 3 ਉੱਘੇ ਸਿੱਖ ਨਾਇਕਾਂ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਹਰਦੀਪ ਸਿੰਘ ਨਿੱਜਰ ਅਤੇ ਭਾਈ ਅਵਤਾਰ ਸਿੰਘ ਖੰਡਾ ਨੂੰ ਗੁਆ ਚੁੱਕੇ ਹਾਂ। ਉਹਨਾਂ ਨੂੰ ਉਹਨਾਂ ਦੇ ਰਾਜਨੀਤਿਕ ਵਿਸ਼ਵਾਸਾਂ ਅਤੇ ਰਾਜਸੀ ਵਿਚਾਰਧਾਰਾ ਦੇ ਕਾਰਨ ਹੀ ਵਿਦੇਸ਼ੀ ਮੁਲਕਾਂ ਵਿੱਚ ਭਾਰਤੀ ਏਜੰਟਾਂ ਦੁਆਰਾ ਕਤਲ ਕੀਤਾ ਗਿਆ ਹੈ। ਜਿਹੜਾ ਦੇਸ਼ ਅਤੇ ਸਿਸਟਮ ਸਾਡੀਆਂ ਇੱਛਾਵਾਂ ਨੂੰ ਕੁਚਲਣ
ਅਤੇ ਸਾਡੀਆਂ ਆਵਾਜ਼ਾਂ ਨੂੰ ਗੈਰ ਨਿਆਇਕ ਹੱਥ ਕੰਡਿਆਂ ਰਾਹੀਂ ਖਾਮੋਸ਼ ਕਰਨ 'ਤੇ ਭਾਰੂ ਹੋਵੇ। ਅਸੀਂ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈ ਕੇ ਉਸ ਦੇਸ਼ ਦੀ ਅਖੌਤੀ ਲੋਕਤੰਤਰੀ ਵਿਵਸਥਾ ਨੂੰ ਕਿਵੇਂ ਮਜ਼ਬੂਤ ਕਰ ਸਕਦੇ ਹਾਂ। ਪੰਜਾਬ ਦੇ ਲੋਕਾਂ ਨੇ UAPA NSA ਵਰਗੇ ਕਠੋਰ ਕਾਨੂੰਨਾਂ ਅਧੀਨ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਪ੍ਰਚਾਰ ਤੇਜ਼ ਹੋ ਗਿਆ। ਆਪੋ ਆਪਣੇ ਤਰੀਕੇ ਦੇ ਨਾਲ ਹਰ ਕੋਈ ਅੰਮ੍ਰਿਤਪਾਲ ਸਿੰਘ ਦੀ ਪੂਰੀ ਸਪੋਰਟ ਕਰ ਰਿਹਾ। ਹੁਣ ਕਿਸਾਨ ਯੂਨੀਅਨ ਏਕਤਾ ਫਤਿਹ ਸਮੇਤ ਹੋਰ ਵੀ ਕਈ ਜਥੇਬੰਦੀਆਂ ਨੇ ਵੀ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਜਿੱਥੇ ਆਪਣੀ ਆਵਾਜ਼ ਬੁਲੰਦ ਕੀਤੀ ਹੈ ਤਾਂ ਉੱਥੇ ਹੀ ਲੋਕਾਂ ਨੂੰ ਵੀ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਇਸ ਮੌਕੇ ਉਹਨਾਂ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਵੀ ਧੰਨਵਾਦ ਕੀਤਾ ਕਿਉਂਕਿ ਅਕਾਲੀ ਦਲ ਅੰਮ੍ਰਿਤਸਰ ਨੇ ਅੰਮ੍ਰਿਤਪਾਲ ਖਡੂਰ ਸਾਹਿਬ ਦੀ ਸੀਟ ਛੱਡਣ ਦਾ ਐਲਾਨ ਕੀਤਾ ਸੀ। ਦੇਖੋ, ਪ੍ਰਚਾਰ ਵੀ ਕਰਾਂਗੇ, ਸਾਰਾ ਕੁਛ ਕੀਤਾ ਜਾਊਗਾ, ਆਉਣ ਵਾਲੇ ਸਮੇਂ ਦੇ ਵਿੱਚ ਹੱਕ 'ਚ ਵੀ ਨਿਤਰਾਂਗੇ। ਸੋ ਪਹਿਲਾਂ ਤਾਂ ਧੰਨਵਾਦ ਕਰਨਾ ਚਾਹੁੰਦਾ ਮੈਂ ਸਰਦਾਰ ਸਿਮਰਜੀਤ ਸਿੰਘ ਮਾਨ ਦਾ, ਜਿਨ੍ਹਾਂ ਨੇ ਪੰਥ ਲਈ ਜਿਹੜਾ ਉੱਥੋਂ ਆਪਦਾ ਕੈਂਡੀਡੇਟ ਜਿਹੜਾ ਉਹ ਹਟਾ ਕੇ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਸਪੋਰਟ ਕੀਤੀ। ਸੋ ਇਹ ਸਾਰਾ ਪੰਥ ਆ, ਸਾਰੇ ਨੌਜਵਾਨ ਇਹੀ ਚਾਹੁੰਦੇ ਸੀ ਕਿ ਆਪਾਂ ਕਿਤੇ ਨਾ ਕਿਤੇ ਜਿਹੜਾ ਇਸ ਹੱਦ ਤੱਕ ਉਹਨਾਂ ਦੀ ਸਪੋਰਟ ਕਰੀਏ। ਸੋ ਖਡੂਰ ਸਾਹਿਬ ਹਲਕੇ ਦੇ ਵਿੱਚ ਵੀ ਗਰਾਊਂਡ ਲੈਵਲ ਤੇ ਵੀ ਅਸੀਂ ਜਿਹੜਾ ਦੇਖਿਆ ਜਾ ਕੇ ਕਿ ਸਰਪੰਚ ਆ ਜਿਹੜੇ ਉੱਥੋਂ ਦੇ ਨੋਰਮਲ ਲੋਕ ਆ, ਹੋਰ ਲੋਕ ਆ, ਉਹ ਵੀ ਇਸ ਵਾਰੀ ਜਿਹੜਾ ਉਹ ਪੂਰਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਜਿਹੜਾ ਉਹ ਸਪੋਰਟ ਕਰ ਰਹੇ ਆ, ਭਾਵੇਂ ਉਹ ਅੰਦਰ ਖਾਤੇ ਕਰਨ। ਉਹ ਇੱਥੋਂ ਤੱਕ ਲੋਕ ਕਹਿ ਰਹੇ ਆ ਕਿ ਜੇ ਸਾਨੂੰ ਰੋਕਿਆ ਵੀ ਗਿਆ ਤਾਂ ਕਿਤੇ ਨਾ ਕਿਤੇ ਵੋਟ ਤਾਂ ਪਾਉਣ ਜਾਵਾਂਗੇ ਨਾ ਅਸੀਂ, ਮਤਲਬ ਸ਼ਰੇਆਮ ਭਾਵੇਂ ਲੋਕ ਨਾ ਨਿਤਰਨ, ਪਰ ਅੰਦਰ ਖਾਤੇ ਜਿਹੜੇ ਆ ਲੋਕ ਸਾਰੇ ਹੀ ਸਾਰੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਸਪੋਰਟ ਕਰਨਗੇ। ਬਾਕੀ ਅਕਾਲੀ ਦਲ ਜਿਹੜੀ ਉਹ ਪੰਥਕ ਪਾਰਟੀ ਆ ਤੇ ਉਮੀਦ ਵੈਸੇ ਉਹਨਾਂ ਤੋਂ ਵੀ ਇਹੀ ਸੀ ਕਿ ਉਹ ਆਪਦੀ ਸੀਟ ਆ ਜਿਹੜੀ ਛੱਡ ਕੇ ਇਹਨਾਂ ਨੂੰ ਸਪੋਰਟ ਕਰਦੇ ਇੱਕ ਪੰਥਕ ਤੌਰ ਤੇ, ਕਿਉਂਕਿ ਉਹ ਕਹਿੰਦੇ ਆ ਕਿ ਅਸੀਂ ਪੰਥਕ ਹਾਂ। ਪਰ ਚਲੋ, ਉਹ ਉਹਨਾਂ ਦੀ ਮਰਜ਼ੀ ਆ, ਕੋਈ ਕਿਸੇ ਨਾ ਕਿਸੇ ਦੇ ਖੜਨ ਨਾਲ ਕੋਈ ਫਰਕ ਨਹੀਂ ਪੈਣਾ ਗਾ, ਕਿਉਂਕਿ ਹਰ ਥਾਂ ਤੇ ਕਿਤੇ ਨਾ ਕੋਈ ਕੈਂਡੀਡੇਟ ਕੋਈ ਨਾ ਕੋਈ ਹਰ ਥਾਂ ਤੇ ਖੜਦਾ ਹੀ ਹੁੰਦਾ। ਪਰ ਜਿਹਨੇ ਜਿੱਤਣਾ ਉਹਨੇ ਜਿੱਤ ਹੀ ਜਾਣਾ, ਤੇ ਉੱਥੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿਹੜੇ ਉਹ ਇਸ ਵਾਰੀ ਪੂਰੀ ਜਿੱਤ ਪ੍ਰਾਪਤ ਕਰਨਗੇ। ਵੋਟਾਂ ਪਾਇਓ ਸਿੰਘੋ ਅੰਮ੍ਰਿਤਪਾਲ ਨੂੰ ਹਲਕਾ ਖਡੂਰ ਸਾਹਿਬ ਤੋਂ, ਵੋਟਾਂ ਪਾਇਓ ਸਿੰਘੋ ਅੰਮ੍ਰਿਤਪਾਲ ਨੂੰ ਹਲਕਾ ਖਡੂਰ ਸਾਹਿਬ ਤੋਂ, ਮੌਕਾ ਹੱਥ ਚ ਸਬੱਬ ਨਾਲ ਆਇਆ ਜੇ, ਮੌਕਾ ਹੱਥ ਚ ਸਬੱਬ ਨਾਲ ਆਇਆ ਜੇ, ਵੋਟਾਂ ਜਾਗ ਦੀ ਜ਼ਮੀਰ ਨਾਲ ਪਾਇਆ ਜੇ, ਵੋਟਾਂ ਜਾਗ ਦੀ ਜ਼ਮੀਰ ਨਾਲ ਪਾਇਆ ਜੇ, ਆਪਾਂ ਹੱਕ ਅਤੇ ਸੱਚ ਉੱਤੇ ਲਾਇਆ ਜੇ, ਆਪਾਂ ਹੱਕ ਅਤੇ ਸੱਚ ਉੱਤੇ ਲਾਇਆ ਜੇ, ਸਮਾਂ ਬਾਣ ਦਾ ਨੀ ਨਿੱਤ ਸਾਡੀ ਹੋਣੀ ਚਾਹੀਏ ਜਿੱਤ, ਵੀਰੋ ਭੈਣੋ ਤੁਸੀਂ ਰੱਖਣਾ ਖਿਆਲ ਨੂੰ ਹਲਕਾ ਖਡੂਰ ਸਾਹਿਬ ਤੋਂ, ਵੋਟਾਂ ਪਾਇਓ ਸਿੰਘੋ ਅੰਮ੍ਰਿਤਪਾਲ ਨੂੰ ਹਲਕਾ ਖਡੂਰ ਸਾਹਿਬ ਤੋਂ, ਬੜੇ ਆਏ ਸਾਨੂੰ ਸਾਰਿਆਂ ਨੇ ਲੁੱਟਿਆ, ਬੜੇ ਆਏ ਸਾਨੂੰ ਸਾਰਿਆਂ ਨੇ ਲੁੱਟਿਆ। ਇੱਕ ਪਾਸੇ ਲੋਕ ਸਭਾ ਚੋਣਾਂ ਨੂੰ ਲੈ ਕੇ ਸੂਬੇ ਦੇ ਵਿੱਚ ਚੋਣ ਪ੍ਰਚਾਰ ਸਿਖਰਾਂ 'ਤੇ ਹੈ ਤਾਂ ਉੱਥੇ ਹੀ ਪੁਲਿਸ ਵੱਲੋਂ ਸੂਬੇ ਦੀ ਕਾਨੂੰਨ ਵਿਵਸਥਾ ਸਹੀ ਹੋਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ। ਇਸ ਦੇ ਬਾਵਜੂਦ ਸੂਬੇ ਦੇ ਵਿੱਚ ਕਤਲ, ਚੋਰੀ, ਲੁੱਟ ਦੀਆਂ ਵਾਰਦਾਤਾਂ ਆਮ ਹੁੰਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਜਿੱਥੇ ਕਤਲ ਦੀ ਵਾਰਦਾਤ ਸਾਹਮਣੇ ਆਈ ਹੈ। ਦੱਸ ਦਈਏ ਕਿ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਭਤੀਜੇ ਅਤੇ ਸੰਤ ਸਮਾਜ ਦੇ ਮੁੱਖ ਬੁਲਾਰੇ ਭਾਈ ਬਲਵਿੰਦਰ ਸਿੰਘ ਖਾਲਸਾ ਦਾ ਬੀਤੀ ਰਾਤ ਕਤਲ ਕਰ ਦਿੱਤਾ ਗਿਆ ਅਤੇ ਉਹਨਾਂ ਦੀ ਗੁਰਦੁਆਰਾ ਕੰਪਲੈਕਸ ਦੇ ਵਿੱਚ ਖੂਨ ਨਾਲ ਲਥਪਥ ਲਾਸ਼ ਮਿਲੀ ਹੈ। ਉੱਥੇ ਹੀ ਕਤਲ ਦੀ ਰੰਜਿਸ਼ ਕੀ ਹੈ ਇਸ ਬਾਰੇ ਪੁਲਿਸ ਜਾਂਚ ਕਰ ਰਹੀ ਹੈ।
ਨਹੀਂ ਐਸਾ ਕੁਛ ਨਹੀਂ ਹੈ, ਵੀ ਹੈਵ ਨੋ ਪਾਸ ਹਿਸਟਰੀ, ਸਾਡੇ ਕੋਲ ਦਾ ਕੋਈ ਪਾਸ ਰਿਕਾਰਡ ਪਾਸ ਹਿਸਟਰੀ ਨਹੀਂ ਹੈ। ਦੋ ਸੇਵਾਦਾਰ ਸੀਗੇ, ਇੱਕ ਇੱਕ ਅੰਮ੍ਰਿਤ ਸੀਗਾ, ਦੋਨੋਂ ਇਕੱਠੇ ਨਾਲ ਦਾ ਕਮਰਾ ਹੈਗਾ, ਤੁਸੀਂ ਦੇਖ ਹੀ ਰਹੇ ਹੋ, ਉੱਥੇ ਰਹਿੰਦੇ ਸੀ, ਸੇਵਾ ਕਰਦੇ ਸੀ ਗੁਰਦੁਆਰਾ ਸਾਹਿਬ ਦੀ, ਬਾਬਾ ਜੀ ਦੀ। ਹੁਣ ਕਿਸ ਗੱਲ ਕਰਕੇ ਉਹਨੇ ਮਰਡਰ ਕੀਤਾ ਇਹ ਤਾਂ ਪਕੜੇ ਜਾਂਦੇ ਸਨ, ਦੱਸ ਸਕਦਾ ਮੈਂ ਦੱਸਿਆ ਜੀ ਰਾਤ ਮਰਡਰ ਹੋਇਆ ਕੋਈ ਤਕਰੀਬਨ 10 ਵਜੇ ਦੇ ਬਾਅਦ ਜਿਹੜਾ ਹੈਗਾ ਹੈ, ਔਰ ਉਮਰ ਦੀ ਛੋਟੀ ਹੋਈ ਹੈ, 20-22 ਸਾਲ ਦਾ ਸਾਰਾ ਹੋਣਾ ਹਜੇ। ਅਸੀਂ ਉਹਨੂੰ ਰੇਡਸ ਕਾਫੀ ਕੀਤੇ ਰਾਤ ਦੇ, ਇਸ ਵਕਤ ਸਾਡੀ ਪਾਰਟੀਸ ਕਾਫੀ ਸਾਰੀਆਂ ਇਲਾਕੇ 'ਚ ਫੈਲੀਆਂ ਪਈਆਂ, ਉਹਨੂੰ ਫੜਨ ਵਾਸਤੇ ਉਹਦੇ ਰਿਸ਼ਤੇਦਾਰਾਂ 'ਤੇ, ਉਹਦੇ ਸਗੇ ਸੰਬੰਧੀਆਂ 'ਤੇ, ਉਹਦੇ ਸਾਥੀਆਂ 'ਤੇ ਅਸੀਂ ਰੇਡ ਕਰ ਰਹੇ ਹਾਂ। ਬਹੁਤ ਜਲਦੀ ਕਾਬੂ ਆ ਜਾਏਗਾ, ਕੋਈ ਵੱਡੀ ਗੱਲ ਨਹੀਂ ਹੈ। ਸਰ ਉਹਦੇ ਕੋਲ ਰਿਵਾਲਵਰ ਵੀ ਸਰ ਜਿਹੜਾ ਬਾਬਾ ਜੀ ਦਾ ਲੈ ਕੇ ਦੱਸਦੇ ਵੀ ਚਲਾ ਗਿਆ ਜੀ, ਉਹਦਾ ਕੋਈ ਨਹੀਂ? ਅਸੀਂ ਤਾਂ ਕੋਈ ਸਰ ਰਿਵਾਲਵਰ ਉਹਨਾਂ ਕੋਲ ਸੀ, ਰਿਵਾਲਵਰ ਮਿਸਿੰਗ ਆ, ਚੈੱਕ ਕਰਦੇ ਆ ਉਹ ਲੈ ਗਿਆ ਜਾਂ ਕੌਣ ਲੈ ਗਿਆ। ਗਨ ਵੀ ਸੀ ਜੀ ਉਹਨਾਂ ਦੀ ਬਾਬਾ ਜੀ। ਹਾਂਜੀ ਗਨ ਵੀ ਹੈਗੀ ਸੀ ਉਹਨਾਂ ਕੋਲ, ਗਨ ਜਮਾ ਕਰਾਈ ਸੀ, ਕੁਝ ਜਮਾ ਕਰਾਈ, ਗਨ ਉਹਨਾਂ ਦੀ ਜਮਾ ਹੈਗੀ ਹੈ ਜੀ। ਹਾਂਜੀ ਹਾਂਜੀ ਗਨ ਜਮਾ ਉਹਨਾਂ ਦੀ। ਸਰ ਪੈਸਿਆਂ ਦੀ ਕੋਈ ਲੁੱਟ ਹੋਈ ਹੈ, ਪੈਸੇ ਵੀ ਲੈ ਕੇ ਗਿਆ ਕੋਈ? ਨਾ ਐਸਾ ਕੋਈ, ਮੈਂ ਪਹਿਲੇ ਕਿਹਾ ਵੀ ਕੋਈ ਹੋਰ ਐਂਗਲ ਨਹੀਂ ਹੈ, ਨਾ ਡਕੈਤੀ ਦਾ, ਨਾ ਰੋਬਰੀ ਦਾ, ਨਾ ਅਸੀਂ ਇਹਨੂੰ ਕਹੀਏ ਕਿ ਕੋਈ ਹੋਰ ਇਹਨੂੰ ਅਸੀਂ ਐਵੇਂ, ਮੈਨੂੰ ਕਈ ਫੋਨ ਚਾਰਜ ਫੇਰੇ ਚੱਲ ਰਹੇ ਨੇ, ਕਈ ਕੋਈ ਕੁਛ ਕਰਿਆ, ਬਟ ਆਈ ਵੁੱਡ ਲਾਈਕ ਟੂ ਸਟ੍ਰੈਸ ਅਪੋਨ ਦਿਸ ਫੈਕਟ, ਮੈਂ ਇਸ ਗੱਲ ਨੂੰ ਜ਼ੋਰ ਦੇ ਕਹਾਂਗਾ ਕਿ ਇਟਸ ਏ ਮਰਡਰ, ਸਿੰਪਲ ਮਰਡਰ। ਉਹਨੇ ਕਿਉਂ ਕੀਤਾ? ਕਿਉਂਕਿ ਕੋਈ ਬਾਹਰ ਦਾ ਬੰਦਾ ਤਾਂ ਆਇਆ ਨਹੀਂ, ਕੋਈ ਹੋਰ ਦੋਸ਼ੀ ਨਹੀਂ, ਕੋਈ ਸਾਥੀ ਨਹੀਂ, ਕੋਈ ਵਜ੍ਹਾ ਰੰਜਿਸ਼ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਰੋਜ਼ ਦੀ ਤਰ੍ਹਾਂ ਬਾਬਾ ਜੀ ਸੇਵਾ ਕਰਦਾ ਸੀਗਾ, ਰਾਤ ਵੀ ਉਹਨੇ ਮੁੰਡੀ ਲਗਾ ਕੇ ਸੇਵਾ ਕਰ ਰਿਹਾ ਸੀਗਾ। ਲੋਕ ਸਭਾ ਚੋਣਾਂ ਦੇ ਵਿੱਚ ਪ੍ਰਚਾਰ ਕਰ ਰਹੀਆਂ ਸਿਆਸੀ ਪਾਰਟੀਆਂ ਧਰਮ ਦੀ ਰਾਜਨੀਤੀ ਕਰ ਰਹੀਆਂ ਹਨ। ਬੀਤੇ ਦਿਨੀ ਚੋਣ ਪ੍ਰਚਾਰ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਕਾਂਗਰਸ ਦੇ ਪੰਜੇ ਦੀ ਤੁਲਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜੇ ਦੇ ਨਾਲ ਕਰ ਦਿੱਤੀ ਸੀ, ਅਤੇ ਹੁਣ ਬੀਜੇਪੀ ਆਗੂ ਅਮਰਪਾਲ ਬੋਨੀ ਅਜਨਾਲਾ ਸਿੱਖ ਧਰਮ ਨੂੰ ਈਸਾਈ ਧਰਮ ਤੋਂ ਛੋਟਾ ਦੱਸਦਾ ਹੋਇਆ ਨਜ਼ਰ ਆ ਰਿਹਾ। ਇਸ ਤੋਂ ਬਾਅਦ ਸਿੱਖ ਸੰਗਤ ਦੇ ਵਿੱਚ ਬੇਹੱਦ ਰੋਸ ਹੈ, ਜਿਸ ਸੰਬੰਧੀ ਵੇਖ ਲੈਂਦੇ ਹਾਂ ਇੱਕ ਖਾਸ ਰਿਪੋਰਟ। ਸਿਆਸੀ ਆਗੂਆਂ ਦੇ ਵੱਲੋਂ ਲਗਾਤਾਰ ਹੀ ਚੋਣ ਪ੍ਰਚਾਰ ਦੌਰਾਨ ਅਜਿਹੇ ਬਿਆਨ ਦਿੱਤੇ ਜਾ ਰਹੇ ਨੇ ਜਿਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਨੇ ਕਾਂਗਰਸ ਦੇ ਪੰਜੇ ਦੀ ਤੁਲਨਾ ਗੁਰੂ ਨਾਨਕ ਦੇਵ ਜੀ ਦੇ ਪੰਜੇ ਨਾਲ ਕੀਤੀ ਸੀ, ਜਿਸ ਤੋਂ ਬਾਅਦ ਹੁਣ ਭਾਜਪਾ ਆਗੂ ਅਮਰਪਾਲ ਬੋਨੀ ਅਜਨਾਲਾ ਨੇ ਇੱਕ ਚੋਣ ਮੀਟਿੰਗ ਦੌਰਾਨ ਸਿੱਖ ਧਰਮ ਨੂੰ ਈਸਾਈ ਧਰਮ ਤੋਂ ਛੋਟਾ ਦੱਸਿਆ। ਬੋਨੀ ਅਜਨਾਲਾ ਨੇ ਕਿਹਾ ਹੈ ਕਿ ਸਿੱਖ ਧਰਮ ਛੋਟਾ ਬੱਚਾ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਹੁਣ ਕਾਫੀ ਵਾਇਰਲ ਹੋ ਰਹੀ ਹੈ। ਮੈਂ ਤਾਂ ਕਹਿੰਦਾ ਨਾ ਪ੍ਰੋਫਟ ਸਾਹਿਬ ਦੋ ਸਭ ਤੋਂ ਵੱਡਾ ਜੇ ਧਰਮ ਆ, ਜੇ ਸਭ ਤੋਂ ਵੱਡਾ ਜੇ ਮਸੀਹ ਭਾਈਚਾਰਾ 2024 ਦਾ ਆ, ਤੇ ਸਭ ਤੋਂ ਛੋਟਾ ਧਰਮ, ਸਭ ਤੋਂ ਛੋਟਾ ਬੱਚਾ ਉਹ ਸਿੱਖ ਧਰਮ ਆ, ਸਿੱਖਾਂ ਦੀ ਆ, ਸਭ ਤੋਂ ਛੋਟਾ ਭਰਾ ਸਿੱਖ ਆ, ਵੱਡਾ ਭਰਾ ਪ੍ਰਭੂ ਯਸੀ ਮਸੀਹ ਆ, ਤੇ ਸਭ ਤੋਂ ਛੋਟਾ ਬੱਚਾ ਸਿੱਖ ਧਰਮ ਦਾ ਆ ਸਾਡੇ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਵਿਰੋਧ ਨੂੰ ਵੇਖਦਿਆਂ ਬੋਨੀ ਅਜਨਾਲਾ ਹੱਥ ਜੋੜ ਕੇ ਮੁਆਫ਼ੀ ਮੰਗਦਾ ਹੋਇਆ ਨਜ਼ਰ ਆਇਆ। ਉਸਦਾ ਕਹਿਣਾ ਹੈ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਕੱਲ ਰਾਤ ਇੱਕ ਸਮਾਗਮ ਵਿੱਚ ਸ਼ਿਰਕਤ ਕਰਦੇ ਹੋਏ ਮੇਰੇ ਦੁਆਰਾ ਦਿੱਤੇ ਗਏ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਮੇਰੀ ਐਸੀ ਕੋਈ ਵੀ ਗਲਤ ਭਾਵਨਾ ਨਹੀਂ ਸੀ। ਮੇਰੇ ਬਿਆਨ ਨਾਲ ਛੇੜਛਾੜ ਕੀਤੀ ਗਈ ਹੈ ਤੇ ਕਿਸਨੇ ਕੀਤੀ ਹੈ ਇਹ ਵੀ ਮੈਨੂੰ ਪਤਾ ਹੈ। ਜਿਸ ਧਰਮ ਵਿੱਚ ਮੇਰਾ ਜਨਮ ਹੋਇਆ ਹੈ ਉਹ ਸਰਬ ਸਾਂਝੀ ਵਾਲਤਾ ਦੀ ਪ੍ਰੇਰਨਾ ਕਰਦਾ ਹੈ। ਮੈਂ ਹਰ ਇੱਕ ਧਰਮ ਤੇ ਭਾਈਚਾਰੇ ਦਾ ਦਿਲੋਂ ਸਤਿਕਾਰ ਕਰਦਾ ਸੀਗਾ, ਹੈਗਾ ਤੇ ਰਹਾਂਗਾ। ਜਿਸ ਕਿਸੇ ਨੂੰ
ਮੇਰੇ ਇਸ ਬਿਆਨ ਨਾਲ ਮਾਸਾ ਵੀ ਠੇਸ ਪਹੁੰਚੀ ਹੈ, ਮੈਂ ਉਸ ਤੋਂ ਮਾਫ਼ੀ ਮੰਗਦਾ ਹਾਂ। ਸਾਹ ਸੰਗਤ ਜੀਓ, ਮੈਨੂੰ ਭਰੋਸਾ ਹੈ ਕਿ ਤੁਸੀਂ ਬਖਸ਼ਣਹਾਰ ਹੋ ਤੇ ਗੁਰੂ ਸਾਹਿਬ ਬਖਸ਼ਣਹਾਰ ਹਨ। ਬੋਨੀ ਅਜਨਾਲਾ ਦੇ ਇਸ ਬਿਆਨ ਤੋਂ ਬਾਅਦ ਸਿੱਖ ਕੌਮ ਦੇ ਵਿੱਚ ਰੋਸ ਦੀ ਲਹਿਰ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਇਸ ਉੱਤੇ ਸਖ਼ਤ ਇਤਰਾਜ਼ ਪ੍ਰਗਟਾਇਆ। ਉਹਨਾਂ ਕਿਹਾ ਹੈ ਕਿ ਬੋਨੀ ਅਜਨਾਲਾ ਵੱਲੋਂ ਸਿੱਖ ਧਰਮ ਨੂੰ ਛੋਟਾ ਬੱਚਾ ਕਹਿ ਕੇ ਸਿੱਖੀ ਦੀ ਤੌਹੀਨ ਕੀਤੀ ਗਈ ਹੈ, ਜਿਸ ਨਾਲ ਸਿੱਖ ਭਾਵਨਾਵਾਂ ਨੂੰ ਡੂੰਘੀ ਸੱਟ ਪਹੁੰਚੀ ਹੈ। ਪਰ ਉਹ ਧਰਮ ਨੂੰ ਤੁਲਨਾ ਕਰ ਰਹੇ ਆ। ਉਹ ਕਹਿ ਰਹੇ ਆ ਕਿ ਕ੍ਰਿਸਚਨ ਧਰਮ ਜਿਹੜਾ ਵਾ ਬਹੁਤ ਵੱਡਾ ਵਾ ਅਤੇ ਜਿਹੜਾ ਸਿੱਖ ਧਰਮ ਆ ਇਹ ਬੱਚਾ ਧਰਮ ਹੈ। ਸੋ ਮੈਨੂੰ ਇੱਦਾਂ ਲੱਗਦਾ ਕਿ ਬੌਧਿਕਤਾ ਜਿਹੜਾ ਪੱਧਰ ਹੈ ਉਹ ਇੰਨਾ ਕੁ ਨਿਘਾਰ ਗਿਆ ਕਿ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੈ। ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਇੱਕ ਸਿੱਖ ਪਰਿਵਾਰ ਦੇ ਅੰਦਰ ਜਨਮੇ ਨੇ ਅਤੇ ਚੰਗੀ ਇਹਨਾਂ ਨੇ ਸਿੱਖ ਪਰਿਵਾਰ ਦੇ ਅੰਦਰ ਰਹਿ ਕੇ ਆਪਣੀ ਕਹਿ ਲਈ ਆ ਵੀ ਬੁੱਧੀ ਮੁਤਾਬਕ ਆਪਣੀ ਜ਼ਿੰਦਗੀ ਜਿਉਈ ਹੈ। ਅੱਜ ਚੋਣਾਂ ਲੈਣ ਵਾਸਤੇ ਕਿਸੇ ਇੱਕ ਵਰਗ ਦੇ ਜਲਸੇ ਵਿੱਚ ਜਾ ਕੇ ਉੱਥੇ ਧਰਮ ਨੂੰ ਛੋਟਾ ਵੱਡਾ ਕਰ ਰਹੇ ਨੇ। ਕੀ ਅਧਿਕਾਰ ਆ ਜੀ ਬੋਨੀ ਨੂੰ ਕਿ ਉਹ ਇਹ ਸਿੱਖ ਧਰਮ ਨੂੰ ਇੱਕ ਬੱਚਾ ਧਰਮ ਦੇ ਬੱਚੇ ਦੇ ਤੌਰ 'ਤੇ ਜ਼ਿਕਰ ਕਰੇ, ਕਿਸੇ ਹੋਰ ਧਰਮ ਦੀ ਵੱਡੀ ਗੱਲ ਕਰੇ? ਮੈਂ ਇੱਥੇ ਦੱਸ ਦੇਣਾ ਚਾਹੁੰਦਾ, ਕਲੀਅਰ ਵੀ ਕਰ ਦੇਣਾ ਚਾਹੁੰਦਾ ਕਿ ਗੁਰੂ ਸਾਹਿਬ ਨੇ ਜੋ ਸਾਨੂੰ ਮੱਤ ਦਿੱਤੀ ਆ, ਸਮੱਤ ਦਿੱਤੀ ਆ, ਉਹਦੇ 'ਚ ਸਭ ਧਰਮਾਂ ਦੇ ਸਤਿਕਾਰ ਦੀ ਗੱਲ ਕਹੀ ਆ। ਅਤੇ ਨਾਲੇ ਧਰਮ ਜਿਹੜੇ ਆ ਉਹ ਆਪਦੇ ਫਲਸਫੇ ਕਰਕੇ, ਉਹਨਾਂ ਦੇ ਸਿਧਾਂਤਾਂ ਕਰਕੇ ਵੱਡੇ ਦੇ ਛੋਟੇ ਹੁੰਦੇ ਨੇ। ਭਾਵੇਂ ਕਿ ਕਿੰਨਾ ਥੋੜ੍ਹੀ ਉਮਰ ਆ ਜਿਹੜੀ ਸਿੱਖ ਧਰਮ ਦੀ, ਅਤੇ ਸਿੱਖ ਧਰਮ ਨੇ ਇਸ ਦੁਨੀਆ ਦੇ ਅੰਦਰ ਜੋ ਅੱਜ ਮਾਣ ਅਤੇ ਸਨਮਾਨ ਪ੍ਰਾਪਤ ਕੀਤਾ ਉਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸਕ ਗੱਲ ਹੈ। ਮੈਂ ਇੱਥੇ ਕਿਸੇ ਧਰਮ ਦੀ ਤੌਹੀਨ ਨਹੀਂ ਕਰਨੀ ਚਾਹੁੰਦਾ, ਮੈਂ ਹੈਰਾਨ ਹਾਂ ਇਸ ਗੱਲ 'ਤੇ। ਬਿਊਰੋ ਰਿਪੋਰਟ। ਜਦੋਂ ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਦੇ ਵਿੱਚ ਮਾਸਟਰਮਾਈਂਡ ਅਤੇ ਦਹਿਸ਼ਤਗਰਦ ਗੈਂਗਸਟਰ ਗੋਲਡੀ ਬਰਾੜ ਦੀ ਮੌਤ ਹੋਣ ਦੀ ਖਬਰ ਆ ਰਹੀ ਹੈ। ਦਰਅਸਲ ਇੱਕ ਅਮਰੀਕੀ ਵੈਬਸਾਈਟ ਨੇ ਦਾਅਵਾ ਕੀਤਾ ਹੈ ਕਿ ਅਣਪਛਾਤਿਆਂ ਦੇ ਵੱਲੋਂ ਕੀਤੀ ਗਈ ਗੋਲੀਬਾਰੀ ਦੇ ਵਿੱਚ ਦੋ ਨੌਜਵਾਨ ਜ਼ਖਮੀ ਹੋ ਗਏ ਸਨ, ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ ਵੀ ਹੋ ਗਈ ਹੈ। ਅਤੇ ਇਹ ਵੀ ਦਾਅਵਾ ਕੀਤਾ ਜਾ ਰਿਹਾ ਕਿ ਇਹਨਾਂ ਦੇ ਵਿੱਚੋਂ ਇੱਕ ਗੋਲਡੀ ਬਰਾੜ ਹੋ ਸਕਦਾ ਹੈ। ਹਾਲਾਂਕਿ ਗੋਲਡੀ ਬਰਾੜ ਦੀ ਮੌਤ ਦੀ ਅਧਿਕਾਰਿਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ ਹੈ। ਦੱਸ ਦਈਏ ਕਿ ਅਮਰੀਕਾ ਦੀ ਨਿਊਜ਼ ਵੈਬਸਾਈਟ ਅਨੁਸਾਰ ਪੁਲਿਸ ਲੈਫਟੀਨੈਂਟ ਲੈਲਸੀ ਵਿਲਜ਼ੀਅਮ ਨੇ ਦੱਸਿਆ ਕਿ ਕੇਂਦਰੀ ਫਰਜ਼ੋਨੋ ਵਿੱਚ ਗੋਲੀ ਲੱਗਣ ਤੋਂ ਬਾਅਦ ਸ਼ਾਮ ਨੂੰ ਦੋ ਵਿਅਕਤੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ, ਪਰ ਪੁਲਿਸ ਵੱਲੋਂ ਹਮਲੇ ਦਾ ਸ਼ਿਕਾਰ ਹੋਏ ਦੋਵੇਂ ਨੌਜਵਾਨਾਂ ਦੀ ਪਛਾਣ ਨਹੀਂ ਦੱਸੀ ਗਈ ਹੈ। ਮੀਡੀਆ ਰਿਪੋਰਟਾਂ ਦਾ ਇਹ ਵੀ ਦਾਅਵਾ ਹੈ ਕਿ ਗੋਲਡੀ ਬਰਾੜ ਦੇ ਵਿਰੁੱਧ ਗੈਂਗਸਟਰ ਅਰਸ਼ ਡੱਲਾ ਅਤੇ ਲਖਬੀਰ ਨੇ ਗੋਲਡੀ ਨੂੰ ਮਾਰਨ ਦੀ ਜ਼ਿੰਮੇਵਾਰੀ ਲਈ ਹੈ। ਦੋਵਾਂ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਦੁਸ਼ਮਣੀ ਕਾਰਨ ਗੋਲਡੀ ਨੂੰ ਗੋਲੀ ਮਾਰੀ ਹੈ। ਫਿਲਹਾਲ ਇਸ 'ਤੇ ਕਿਸੇ ਹੋਰ ਗੈਂਗਸਟਰ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ। ਬੀਤੇ ਦਿਨ ਕਾਂਗਰਸ ਤੋਂ ਅਸਤੀਫਾ ਦੇ ਕੇ ਗਏ ਦਲਬੀਰ ਗੋਲਡੀ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਚੁੱਕੇ ਹਨ। ਸੰਗਰੂਰ ਤੋਂ ਟਿਕਟ ਨਾ ਮਿਲਣ ਕਰਕੇ ਸਾਬਕਾ ਵਿਧਾਇਕ ਦਲਬੀਰ ਗੋਲਡੀ ਪਾਰਟੀ ਤੋਂ ਨਿਰਾਸ਼ ਚੱਲ ਰਹੇ ਸਨ। ਇਸ ਮੌਕੇ ਨਵੇਂ ਨਵੇਂ ਆਪ ਦੇ ਵਿੱਚ ਸ਼ਾਮਿਲ ਹੋਏ ਦਲਬੀਰ ਗੋਲਡੀ ਕਾਂਗਰਸ ਉੱਤੇ ਵੀ ਸ਼ਬਦੀ ਵਾਰ ਕਰਦੇ ਹੋਏ ਵੇਖੇ ਗਏ ਨੇ। ਤੁਹਾਨੂੰ ਦੱਸ ਦਈਏ ਕਿ ਗੋਲਡੀ ਵੱਲੋਂ ਅਸਤੀਫਾ ਦੇਣ ਮਗਰੋਂ ਬੀਤੀ ਦੇਰ ਰਾਤ ਤੱਕ ਸਿਆਸੀ ਗਲਿਆਰਿਆਂ ਵਿੱਚ ਇਹ ਚਰਚਾ ਰਹੀ ਕਿ ਉਹ ਭਾਜਪਾ ਵਿੱਚ ਸ਼ਾਮਿਲ ਹੋ ਸਕਦੇ ਹਨ, ਪਰ ਕਿਸ ਪਾਰਟੀ ਵਿੱਚ ਸ਼ਾਮਿਲ ਹੋਣਾ ਹੈ ਇਸ ਬਾਰੇ ਉਹਨਾਂ ਨੇ ਖੁਦ ਕੋਈ ਖੁਲਾਸਾ ਨਹੀਂ ਕੀਤਾ ਸੀ। ਕਰਨਾ ਚਾਹੁੰਦੇ ਹੋ ਤੁਹਾਨੂੰ ਆਉਣਾ ਪੈਣਾ, ਅਤੇ ਇੱਧਰ ਦਰਵਾਜ਼ੇ ਖੁੱਲ੍ਹੇ ਨੇ, ਆਓ ਆਪਾਂ ਇਕੱਠੇ ਹੋਈਏ। ਅਤੇ ਵਾਕਈ ਮੁੱਖ ਮੰਤਰੀ ਸਾਹਿਬ ਦਾ ਅਤੇ ਆਪਣੇ ਸਾਰਿਆਂ ਦਾ ਸੁਪਨਾ ਜਿਹੜਾ ਰੰਗਲਾ ਪੰਜਾਬ ਆ, ਉਸ ਰੰਗਲੇ ਪੰਜਾਬ ਦੇ ਵਿੱਚ ਰੰਗ ਭਰੀਏ। ਮੈਂ ਅੱਜ ਕੋਈ ਜ਼ਿਆਦਾ ਨੈਗੇਟਿਵ ਗੱਲ ਨਹੀਂ ਕਰਨੀ, ਮੈਂ ਬਹੁਤ ਘੱਟ ਨੈਗੇਟਿਵ ਗੱਲ ਕਰਦਾ। ਸਾਡੀ ਸਿਰਫ ਸੋਚ ਰਹੂਗੀ
ਆਪਦੇ ਪੰਜਾਬ ਦੇ ਲਈ, ਆਪਦੇ ਹਲਕੇ ਦੇ ਲਈ ਜਿਹੜੀ ਮਿਹਨਤ ਕਰਨੀ, ਸੇਵਾ ਕਰਨੀ। ਮੈਂ ਸੇਵਾ ਵੀ, ਮੇਰੇ ਨਾਲ ਜਿੰਨੇ ਬੰਦੇ ਜੁੜੇ ਹੋਏ ਨੇ, ਮੈਂ ਉਹਨਾਂ ਦੇ ਕੰਮ ਕਦੋਂ ਆ ਸਕਦਾ ਜਦੋਂ ਮੇਰੇ 'ਤੇ ਆਸ਼ੀਰਵਾਦ ਹੋਊਗਾ। ਨਹੀਂ ਤਾਂ ਮੇਰੇ ਵਰਗੇ ਕਿੰਨੇ ਹੀ ਨੌਜਵਾਨ ਕਈ ਕਈ ਸਾਲ ਧੱਕੇ ਖਾਈ ਜਾਂਦੇ ਨੇ, ਅਤੇ ਜਦੋਂ ਟਿਕਟ ਦੇਣ ਦੀ ਵਾਰੀ ਆਉਂਦੀ ਹੈ ਜਾਂ ਜਦੋਂ ਉਹਨਾਂ ਦੇ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਫਲ ਦੇਣ ਦੀ ਵਾਰੀ ਆਉਂਦੀ ਹੈ ਤਾਂ ਦੂਜਾ ਆ ਜਾਂਦਾ। ਮੈਨੂੰ ਇਹ ਦੱਸੋ ਵੀ ਕਿਹਦਾ ਇੱਥੇ ਸੰਗਰੂਰ ਦੇ ਵਿੱਚ ਮੀਤ ਵੀਰੇ ਨੇ ਜੋ ਸਾਡੇ ਇਸ ਵਾਰ ਲੋਕ ਸਭਾ ਤੋਂ ਨੁਮਾਇੰਦਗੀ ਕਰ ਰਹੇ ਨੇ, ਕੱਲ੍ਹ ਇਹਨਾਂ ਨੇ ਪਰਸੋਂ ਇੱਕ ਗੱਲ ਪੁੱਛੀ ਵੀ ਖਹਿਰਾ ਸਾਹਿਬ ਮਾੜਾ ਦੱਸਿਓ 10 ਪਿੰਡਾਂ ਦੇ ਨਾਂ, ਤੁਸੀਂ ਨੇ ਦੇਖਿਆ ਹੋਣਾ ਸਾਰਿਆਂ ਨੇ, ਠੀਕ ਹੈ ਨਾ। ਇਹ ਜਿਨ੍ਹਾਂ ਨੂੰ ਇਹ ਚੀਜ਼ਾਂ ਨਹੀਂ ਪਤਾ, ਹੁਣ ਇਹ ਉੱਥੇ ਜੰਮਿਆ, ਉਹੀ ਉੱਥੇ ਪੜ੍ਹਿਆ, ਸਾਡੀ ਆਪਸ 'ਚ ਸਾਂਝ ਆ ਪੁਰਾਣੀ, ਠੀਕ ਆ, ਸਾਡੇ ਥੋੜ੍ਹੇ ਵੱਖਰੇਵੇਂ ਇੱਕ ਵਾਰ ਐਂ ਕਹਿ ਲਈਏ ਵੀ ਅਲੱਗ ਅਲੱਗ ਪਾਰਟੀ ਤੁਸੀਂ ਕੰਮ ਕਰਦੇ ਹੋ, ਪਰ ਮੈਨੂੰ ਲੱਗਦਾ ਕਿ ਇਹ ਪਲੇਟਫਾਰਮ ਸਾਰੇ ਨੌਜਵਾਨਾਂ ਲਈ ਬਹੁਤ ਵਧੀਆ। ਤੁਸੀਂ ਕੋਈ ਵੀ ਮੇਰੇ ਮੈਨੂੰ ਜਾਣਦੇ ਹੋ, ਤੁਸੀਂ ਆਪਾਂ ਵੱਧ ਤੋਂ ਵੱਧ ਵਧੀਆ ਤਰੀਕੇ ਨਾਲ ਤਕੜੇ ਹੋ ਕੇ, ਜਿਹੜਾ ਬੰਦਾ ਯਾਰ ਆਪਦੇ ਉਲਟ ਲੜੇ ਹੋਏ ਬੰਦੇ ਨੂੰ ਇੰਨਾ ਮਾਣ ਸਤਿਕਾਰ ਦੇ ਸਕਦਾ ਤਾਂ ਨਵੇਂ ਬੰਦਿਆਂ ਨੂੰ ਜ਼ਰੂਰ ਇਹ ਬੰਦਾ ਮੌਕਾ ਦਊਗਾ। ਸੋ ਆਓ ਆਪਾਂ ਤਕੜੇ ਹੋ ਕੇ ਜਿਹੜਾ ਸਾਥ ਦਈਏ, ਅਤੇ ਜਿਹੜੇ ਆ ਕੱਲ੍ਹ ਦੇ ਪਰਸੋਂ ਦੇ ਵੀਡੀਓ ਵੂਡੀਓ ਪਾ ਰਹੇ ਨੇ ਨਾ, ਤੁਹਾਨੂੰ ਪਿੰਡ 'ਚ ਮਿਲਾਂਗੇ, ਕੱਲ੍ਹ ਨੂੰ ਪਹੁੰਚ ਰਿਹਾ ਮੈਂ, ਕਰਾਂਗੇ ਗੱਲ ਸਾਰੀ, ਨਿਬੇੜਾਂਗੇ, ਇਕੱਲੀ ਇਕੱਲੀ ਗੱਲ ਵਿਦ ਫਿਗਰ ਐਂਡ ਫੈਕਟਸ ਦੱਸੂੰਗਾ ਵੀ ਕੀ ਕਰਦੇ ਨੇ ਇਹ, ਠੀਕ ਆ। ਲੋਕਾਂ ਦੇ ਘਰ ਬਰਬਾਦ ਕਰਤੇ ਇਹਨਾਂ ਨੇ, ਅਤੇ ਸਾਰੇ 5-7 ਜਾਣੇ ਇਕੱਠੇ ਹੋ ਗਏ, ਤੂੰ ਇੱਥੋਂ ਲੈ ਲਾ, ਤੂੰ ਇੱਥੋਂ ਲੈ ਲਾ, ਤੂੰ ਇੱਥੋਂ ਲੈ ਲਾ, ਜਿੰਨੇ ਵੀ ਨੌਜਵਾਨ ਇਹ ਚੀਜ਼ ਦਾ ਸ਼ਿਕਾਰ ਨੇ, ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਓ ਆਪਾਂ ਇਕੱਠੇ ਹੋ ਕੇ ਸਾਡੇ ਮੁੱਖ ਮੰਤਰੀ ਸਾਹਿਬ ਦੀ ਮਦਦ ਕਰੀਏ, ਆਪਾਂ ਤਕੜੇ ਹੋਈਏ, ਕਿਉਂਕਿ ਇਹ ਟੀਮ ਵਰਕ ਆ, ਟੀਮ ਜਦੋਂ ਇੱਕ ਟੀਮ ਬਣਦੀ ਆ ਨਾ, ਉਹ ਫਿਰ ਜਿਹੜਾ ਮਾਹੌਲ ਬਦਲਦੀ ਆ। ਤੇ ਉਧਰ ਆਪ ਦੇ ਵਿੱਚ ਸ਼ਾਮਿਲ ਹੋਏ ਦਲਬੀਰ ਗੋਲਡੀ ਉੱਤੇ ਪ੍ਰਤਾਪ ਸਿੰਘ ਬਾਜਵਾ ਪੱਖਦਾ ਹੋਇਆ ਨਜ਼ਰ ਆਇਆ। ਉਹਨਾਂ ਦਾ ਕਹਿਣਾ ਕਿ ਅਜਿਹੇ ਦੋਗਲੇ ਬਥੇਰੇ ਆਉਣਗੇ ਤੇ ਬਥੇਰੇ ਜਾਣਗੇ, ਇਸ ਨਾਲ ਸਾਨੂੰ ਕੋਈ ਫਰਕ ਨਹੀਂ ਪੈਣ ਲੱਗਾ। ਬਾਜਵਾ ਦਾ ਕਹਿਣਾ ਕਿ ਸਾਡੀ ਪਾਰਟੀ ਵਿੱਚ ਅਜਿਹੇ ਖੱਚਰਾਂ ਦੀ ਗਿਣਤੀ ਘੱਟ ਰਹੀ ਹੈ ਜੋ ਸਾਡੇ ਲਈ ਬਿਲਕੁਲ ਸਹੀ ਹੈ। ਅਰਬੀ ਘੋੜਿਆਂ ਦੀ ਗਿਣਤੀ ਵੱਧ ਰਹੀ ਹੈ, ਦੇਸੀ ਖੱਚਰਾਂ ਦੀ ਗਿਣਤੀ ਘੱਟ ਰਹੀ ਹੈ। ਜਿਹੜਾ ਚੰਗਾ ਸਮਾਨ ਹੈ ਉਹ ਸਾਡੇ ਕੋਲ ਫੁਟਕਲ ਮਾਲ ਬਾਹਰ ਜਾ ਕੇ, ਜਿਹੜੇ ਬੰਦੇ ਆਈਡੀਓਲੋਜੀ ਨਾਲ ਕਮਿਟਡ ਨਹੀਂ ਨੇ, ਜਿਨ੍ਹਾਂ ਦੀ ਆਈਡੀਓਲੋਜੀ ਹੈ ਕਿ ਸਿਕਿਉਰਿਟੀ ਰੱਖਣੀ, ਜਿਨ੍ਹਾਂ ਨੇ ਆਪਣੀ ਜ਼ਮੀਰ ਵਿੱਚ ਹੀ ਹੈ। ਮੈਂ ਤੁਸੀਂ ਬਿੱਟੂ ਨਾਲ ਹੀ ਗੱਲ ਕਰ ਲਈਏ, ਸਰਦਾਰ ਮਹਿਰੂਮ ਸਾਹਿਬ ਬੇਅੰਤ ਸਿੰਘ ਦਾ ਪੋਤਰਾ ਹੋਏ, ਸਾਹਿਬ ਬੇਅੰਤ ਸਿੰਘ ਜੀ ਦੇ ਦਾਨ ਤੋਂ ਬਾਅਦ ਇਹਨਾਂ ਦੀ ਦਾਦੀ ਜੀ ਨੂੰ ਕਾਂਗਰਸ ਨੇ ਪਾਰਲੀਮੈਂਟ ਦੀ ਟਿਕਟ ਲੁਧਿਆਣੇ ਤੋਂ ਦਿੱਤੀ, ਇਹਨਾਂ ਦੇ ਸਕੇ ਤਾਇਆ ਜੀ ਨੂੰ ਕੈਬਨਿਟ 'ਚ ਮੰਤਰੀ ਰੱਖਿਆ, ਇਹਨਾਂ ਦੀ ਭੂਆ ਨੂੰ ਕੈਬਨਿਟ ਦੇ ਵਿੱਚ ਮੰਤਰੀ ਰੱਖਿਆ, ਇਹਨਾਂ ਦੇ ਚਚੇਰੇ ਭਰਾ ਨੂੰ ਸਾ ਗੁਰਕੀਰਤ ਸਿੰਘ ਹੁਣ ਵੀ ਮਿਨਿਸਟਰ ਰੱਖਿਆ, ਤਿੰਨ ਟਰਮਾਂ ਇਸ ਨਿਖਿਧ ਐਮ ਪੀ ਨੂੰ ਮੌਕਾ ਦਿੱਤਾ ਸਾ ਬੇਅੰਤ ਸਿੰਘ ਦੇ ਘਰ, ਇਹਦੇ ਛੋਟੇ ਭਰਾ ਨੂੰ ਡੀ ਐਸ ਪੀ ਭਰਤੀ ਕੀਤਾ। ਹੁਣ ਇਸ ਤੋਂ ਵੱਧ ਦੱਸ ਦੋ ਹੋਰ ਕਾਂਗਰਸ ਇਹਨਾਂ ਵਾਸਤੇ ਕੀ ਕਰ ਸਕਦੀ ਹੈ, ਜੇ ਇਸ ਕਿਸਮ ਦੇ ਗਦਾਰ ਜਿਹੜੇ ਨੇ ਆਪਣੀ ਮਾਂ ਦੀ ਪਿੱਠ ਛੁਰਾ ਮਾਰ ਕੇ ਜਾਂਦੇ ਨੇ। ਮੈਂ ਸਮਝਣਾ ਇਹੋ ਜਿਹਾ ਗੰਦ ਕਾਂਗਰਸ ਚੋਂ ਜਿਹੜਾ ਨਿਕਲ ਰਿਹਾ, ਜਿਨ੍ਹਾਂ ਦੀ ਕਮਿਟਮੈਂਟ ਨਿਰੀ ਤਾਕਤ ਦੇ ਨਾਲ, ਜਿਨ੍ਹਾਂ ਦੀ ਕਮਿਟਮੈਂਟ ਮੈਂ ਅਕਸਰ ਸੁਣਨਾ, ਮੇਰੀ ਸੀਟ ਖੋਲੀ, ਉਹ ਸੀਟ ਤੇ ਜਮਾਤਾਂ ਦੀ ਹੁੰਦੀ, ਪਾਰਟੀਆਂ ਦੀ ਹੁੰਦੀ, ਇਹ ਤੁਹਾਡੀ ਕੋਈ ਜੱਦੀ ਜਾਇਦਾਦ ਥੋੜਾ। ਤੁਸੀਂ ਕਹਿੰਦੇ ਮੇਰੀ ਸੀਟ ਖੋਲੀ, ਫਿਰ ਇਹ ਤੇ ਕਾਂਗਰਸ ਨੇ ਫੈਸਲਾ ਕਰਨਾ। ਤੋ ਇਸ ਗੱਲ ਕਾਰਨ ਜਿਨ੍ਹਾਂ ਦੀ ਆਈਡੀਓਲੋਜੀ ਦੇਸ਼ ਨੂੰ ਬਚਾਉਣ ਦੀ, ਜਿਨ੍ਹਾਂ ਦੀ ਆਈਡੀਓਲੋਜੀ ਪੰਜਾਬ ਪਿੱਛੇ ਲੜਾਈ ਲੜਨ ਦੀ, ਉਹ ਤਾਂ ਰਹਿਣਗੇ ਕਾਂਗਰਸ। ਜਿਨ੍ਹਾਂ ਨੇ ਸੌਦੇ ਕਰਨੇ ਨੇ,
ਮੈਂ ਤੁਹਾਨੂੰ ਇੱਥੇ ਸਵਾਲ ਪੁੱਛਣਾ ਚਾਹੁੰਦਾ, ਦਲਵੀਰ ਸਿੰਘ ਗੋਲਡੀ ਇੱਕ ਨੌਜਵਾਨ ਹੈ, ਯੂਨੀਵਰਸਿਟੀ 'ਚ ਉੱਠਿਆ, ਕੋਈ ਪੋਲੀਟੀਕਲ ਬੈਕਗਰਾਉਂਡ ਨਹੀਂ ਸੀ, ਕਾਂਗਰਸ ਨੇ 2 ਵਾਰ ਉਹਨੂੰ MLA ਦੀ ਟਿਕਟ ਦਿੱਤੀ, MLA ਬਣਾਇਆ, ਕੀ ਇਹ ਕਾਂਗਰਸ ਦਾ ਕਸੂਰ ਹੈ ਜੀ? ਐਤਕੀ ਜੇ MP ਦੀ ਸੀਟ ਨਹੀਂ ਦਿੱਤੀ, ਇਹ ਕਾਂਗਰਸ ਦਾ ਫੈਸਲਾ ਸੀ ਕਿ ਭਗਵੰਤ ਮਾਨ ਦੇ ਖਿਲਾਫ ਇਸ ਕਿਸਮ ਦਾ ਕੈਂਡੀਡੇਟ ਉਤਾਰੋ, ਸੋ ਦੈਟ ਪੰਜਾਬ 'ਚ ਇੱਕ ਮੈਸੇਜ ਆਏ ਕਿ ਕਾਂਗਰਸ ਸੀਰੀਅਸ ਹੈ ਆਪ ਨਾਲ ਲੜਾਈ ਲੜਨ ਵਾਸਤੇ। 10 ਦਿਨ ਲਗਾਤਾਰ ਦਲਵੀਰ ਗੋਲਡੀ ਸਾਹਿਬ ਕਾਂਗਰਸ ਦੀ ਕੰਪੇਨ ਦੇ ਵਿੱਚ, ਆਗਾਜ਼ ਵੀ ਸਾਹਿਬ ਸੁਖਪਾਲ ਸਿੰਘ ਖਹਿਰੇ ਦੀ ਕੰਪੇਨ ਦਾ ਗੋਲਡੀ ਸਾਹਿਬ ਦੇ ਘਰੋਂ ਹੋਇਆ। 10 ਦਿਨ ਪੂਰਾ ਚੱਲਣ ਤੋਂ ਬਾਅਦ ਹੁਣ ਇੱਕੋ ਦਮ ਕਿਹੜਾ ਨਵਾਂ ਰਸਤਾ ਲੱਭਿਆ? ਤੇ ਉਦੋਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦਾ ਇੱਕ ਦੂਜੇ ਉੱਤੇ ਵਾਰ ਪਲਟਵਾਰ ਵੀ ਤੇਜ਼ ਹੋ ਗਿਆ। ਹੁਣ ਚੰਡੀਗੜ੍ਹ ਲੋਕ ਸਭਾ ਸੀਟ 'ਤੇ ਇੰਡੀਆ ਅਲਾਇੰਸ ਦੇ ਉਮੀਦਵਾਰ ਇੱਕ ਦੂਜੇ ਨੂੰ ਚੁਣੌਤੀਆਂ ਦੇ ਰਹੇ ਹਨ। ਇਸ ਸੰਬੰਧੀ ਮਨੀਸ਼ ਤਿਵਾੜੀ ਨੇ ਭਾਜਪਾ ਦੇ ਲੋਕ ਸਭਾ ਉਮੀਦਵਾਰ ਸੰਜੇ ਟੰਡਨ ਨੂੰ ਖੁੱਲ੍ਹੀ ਚੁਣੌਤੀ ਦੇਣ ਲਈ ਸੱਦਾ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜਿਸ ਪਲੈਟਫਾਰਮ 'ਤੇ ਬਹਿਸ ਹੋਵੇਗੀ ਉਹ ਪਲੈਟਫਾਰਮ ਕਾਂਗਰਸ, ਆਪ ਜਾਂ ਭਾਜਪਾ ਦਾ ਨਹੀਂ ਹੋਵੇਗਾ। ਅਤੇ ਦੂਜੇ ਪਾਸੇ ਇੰਡੀਆ ਅਲਾਇੰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਵੱਲੋਂ ਦਿੱਤੀ ਗਈ ਚੁਣੌਤੀ ਦਾ ਭਾਜਪਾ ਉਮੀਦਵਾਰ ਸੰਜੇ ਟੰਡਨ ਵੀ ਜਵਾਬ ਦਿੰਦੇ ਹੋਏ ਦਿਖਾਈ ਦਿੱਤੇ ਨੇ। ਨਮਸਕਾਰ ਚੰਡੀਗੜ੍ਹ ਵਾਸੀਓ, ਸੰਸਦ ਕਾ ਮੁਖ ਮਕਸਦ ਦੇਸ਼ ਕੇ ਲਈ ਕਾਨੂੰਨ ਬਣਾਉਣਾ ਹੈ। ਵਹਾਂ ਪਰ ਸੰਵੇਦਨਸ਼ੀਲ ਰਾਸ਼ਟਰੀਯ ਔਰ ਅੰਤਰਰਾਸ਼ਟਰੀਯ ਮੁੱਦੋਂ ਕੇ ਉੱਪਰ ਬਹਿਸ ਹੁੰਦੀ ਹੈ, ਸਥਾਨੀਯ ਮੁੱਦੇ ਵੀ ਉਠਾਨੇ ਕਾ ਕਭੀ ਕਭੀ ਅਵਸਰ ਪ੍ਰਾਪਤ ਹੋਤਾ ਹੈ। ਮੈਂ ਆਪਣੇ ਪ੍ਰਤਿਦਵੰਦੀ ਜੋ ਭਾਰਤੀ ਜਨਤਾ ਪਾਰਟੀ ਸੇ ਚੁਣਾਵ ਲੜ ਰਹੇ ਹੈ, ਸ਼੍ਰੀ ਸੰਜੇ ਟੰਡਨ ਕੋ ਸੀਧੀ ਚੁਣੌਤੀ ਦੇਤਾ ਹੂੰ ਕਿ ਕਿਸੀ ਵੀ ਰਾਸ਼ਟਰੀ ਮੁੱਦੇ ਕੇ ਉੱਪਰ, ਸਥਾਨੀਯ ਮੁੱਦੇ ਕੇ ਉੱਪਰ, ਅੰਤਰਰਾਸ਼ਟਰੀ ਮੁੱਦੇ ਕੇ ਉੱਪਰ, ਕਿਸੀ ਵੀ ਐਸੇ ਮੰਚ ਕੇ ਉੱਪਰ, ਜੋ ਮੰਚ ਨਾ ਕਾਂਗਰਸ ਕਾ ਹੋ, ਨਾ ਆਮ ਆਦਮੀ ਪਾਰਟੀ ਕਾ ਹੋ, ਨਾ ਭਾਰਤੀ ਜਨਤਾ ਪਾਰਟੀ ਕਾ ਹੋ, ਜੋ ਨਿਸ਼ਪਕਸ਼ ਮੰਚ ਹੋ, ਉਸਕੇ ਉੱਪਰ ਮੈਂ ਖੁੱਲੀ ਬਹਿਸ ਉਨਸੇ ਕਰਨੇ ਕੇ ਲਈ ਤਿਆਰ ਹੂੰ। ਯੇ ਚੰਡੀਗੜ੍ਹ ਕੇ ਵਾਸੀਓ ਕਾ ਉੱਤਰਦਾਇਤਵ ਬਣਤਾ ਹੈ ਕਿ ਕਿਸ ਵਿਅਕਤੀ ਕੋ ਵੋ ਸੰਸਦ ਮੇ ਭੇਜਣਾ ਚਾਹਤੇ ਹੈ, ਉਸਮੇ ਕਿਆ ਸ਼ਮਤਾ ਹੈ, ਉਸਕਾ ਵੋ ਮੁਲਿਆਂਕਨ ਕਰੇ। ਮੈਨੇ ਯੇ ਬਾਤ ਆਪਣੇ ਸੋਸ਼ਲ ਮੀਡੀਆ ਪੇ ਵੀ ਕਹੀ ਹੈ, ਔਰ ਮੈਂ ਸ਼੍ਰੀ ਸੰਜੇ ਟੰਡਨ ਜੀ ਸੇ ਆਗ੍ਰਹਿ ਕਰਤਾ ਹਾਂ ਕਿ ਕਿਸੀ ਵੀ ਨਿਸ਼ਪਕਸ਼ ਖੁੱਲੇ ਮੰਚ ਕੇ ਉੱਪਰ, ਰਾਸ਼ਟਰੀ ਅੰਤਰਰਾਸ਼ਟਰੀ ਸਥਾਨੀਯ ਮੁੱਦੋ ਪਰ ਮੁਝਸੇ ਬਹਿਸ ਕਰੇ। ਨਮਸਕਾਰ। ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਅਨਿਲ ਜੋਸ਼ੀ ਇੱਕ ਵਾਰ ਫਿਰ ਤੋਂ ਗੁਰਜੀਤ ਸਿੰਘ ਔਜਲਾ ਉੱਤੇ ਸਵਾਲਿਆ ਨਿਸ਼ਾਨ ਖੜੇ ਕਰਦੇ ਹੋਏ ਦਿਖਾਈ ਦਿੱਤੇ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਮੇਰੇ ਕੰਮ ਉੱਤੇ ਕਿਸੇ ਵਿਅਕਤੀ ਨੂੰ ਕਿੰਤੂ ਪ੍ਰੰਤੂ ਹੈ ਤਾਂ ਉਹ ਜਾਂਚ ਕਰਵਾ ਸਕਦਾ ਅਤੇ ਮੇਰੇ ਕੰਮਾਂ ਦੇ ਵਿੱਚ ਲੋਕ ਟੋਰ ਨਾਲ ਮੋਹਰ ਲਗਾਉਂਦੇ ਹੋਏ ਨਜ਼ਰ ਆਉਣਗੇ। ਇਸ ਮੌਕੇ ਅਨਿਲ ਜੋਸ਼ੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਆਪਣੀ ਤਾਰੀਫਾਂ ਆਪ ਕਰਦੇ ਹੋਏ ਵੀ ਦਿਖਾਈ ਦਿੱਤੇ। ਸਾਰੀ ਮੈਂ ਯੂਰਪ ਲੱਗੀਆਂ ਜਾ ਗਏ ਜੇ ਬਾਹਰ ਕਦੀ ਵੇਖਿਆ ਜੇ ਕਦੀ ਘੁੰਮੇ ਆ ਉਹਨਾਂ ਨੂੰ ਪਤਾ। ਮੈਂ ਤੇ ਜਿੱਥੇ ਯੂਰਪ ਗਿਆ ਨਾ ਜੋ ਕਨਸੈਪਟ ਵੇਖਿਆ ਇੱਥੇ ਕਰਤਾ ਸਭ ਕੁਝ, ਮਕੈਨੀਕਲ ਸਵੀਪਿੰਗ ਕਰਤੀ, ਡੋਰ ਟੂ ਡੋਰ ਗਾਰਬੇਜ ਕਲੈਕਸ਼ਨ ਕਰਤੀ, ਟਾਈਲਾਂ ਕਰਤੀਆਂ ਐਂਡ ਟੂ ਐਂਡ, ਵਾਲ ਟੂ ਵਾਲ। ਲੋਕ ਕਹਿੰਦੇ ਨਾ ਚਿੱਟੀ ਕਮੀਜ਼ ਗੰਦੀ ਨਹੀਂ ਹੁੰਦੀ, ਹਫ਼ਤਾ ਮੈਂ ਬਣਾ ਦਿੱਤਾ ਉਹ ਜਿਹਾ ਹਲਕਾ।
ਬਾਗ ਬਗੀਚੇ ਦੂਰ ਵੇਖਣ ਤੱਕ ਇਹ ਕਾਗਜ਼ ਨੈਪਕਿਨ ਨਹੀਂ ਲੱਭਦਾ। ਇਹ ਤੁਸੀਂ ਜਿਹੜੀ ਪੜ੍ਹ ਕੇ ਆਉਂਦੇ ਨਾ ਗੱਲਾਂ ਉਹ ਪੜ੍ਹ ਕੇ ਉਹਨੂੰ ਪੁੱਛੋ ਨਾ ਜਾ ਕੇ ਜਿਹੜਾ ਗੰਦ ਚ ਰਹੀ ਜਾਂਦਾ। ਦੇਖੋ ਗੱਲ ਕਿਹੜੀ ਦੁਨੀਆ ਦੇ, ਜੇ ਚੰਦਰਮੇ ਤੇ ਬੰਦਾ ਜਾ ਸਕਦਾ ਕੰਮ ਧਰਤੀ ਤੇ ਕਿਹੜਾ ਨਹੀਂ ਹੋ ਸਕਦਾ। ਮੈਨੂੰ ਅੱਜ ਤੱਕ ਕੋਈ ਪੋਲੀਟੀਕਲ ਵਿਹਲਿਆ ਬੰਦੇ ਦੀ ਹਾਈ ਟੈਂਸ਼ਨ ਤਾਰਾਂ ਨਹੀਂ ਕਿਸੇ ਨੇ ਕਰਾਈਆਂ, ਕਰਾਤੀਆਂ ਸੇਵਕ ਨੇ ਕਰਾਤੀਆਂ। ਟਾਈਲਾਂ ਹੁਣ ਵੀ ਲੱਗਦੀਆਂ ਪਈਆਂ, ਕਿਉਂ ਲੱਗਦੀਆਂ ਪਈਆਂ? ਬਿਲਕੁਲ ਮੌਕਾ ਮਿਲੂਗਾ, ਸਭ ਕੁਛ ਕਰਾਂਗੇ। ਏ ਟੂ ਜੈਡ ਇਹ ਸਮਾਰਟ ਸਿਟੀ ਆ, ਇੱਥੇ ਗੰਦ ਦੀ, ਬੋ ਦੀ, ਇੱਥੇ ਲੋਕਾਂ ਦੀਆਂ ਬਿਮਾਰੀਆਂ ਦੀ ਕੋਈ ਜਗ੍ਹਾ ਨਹੀਂ ਸਮਾਰਟ ਸਿਟੀ 'ਚ। ਸਾਰਾ ਕੁਛ ਹੋਣ ਵਾਲਾ ਵਾ, ਹੈ ਹੋਇਆ ਕਿ ਇਹ ਜੋ ਅਸੀਂ ਬਣਾਇਆ ਸਾਰਾ ਬਰਬਾਦ ਕਰਤਾ ਇਹਨਾਂ ਨੇ। ਤੁਸੀਂ ਪੁੱਛੋ ਕਿਹੜਾ ਕੰਮ, ਉਹ ਦੱਸਦਾ ਤੁਹਾਨੂੰ ਕਿਹੜਾ ਕਿਹੜਾ। ਆਈ ਟੀ ਸਿਟੀ ਬਣਾਵਾਂਗੇ ਇਹਨੂੰ, ਇਹਨੂੰ ਮੈਡੀਕਲ ਟੂਰਿਜ਼ਮ ਲੈ ਕੇ ਆਵਾਂਗੇ, ਸਪੋਰਟਸ ਟੂਰਿਜ਼ਮ ਲੈ ਕੇ ਆਵਾਂਗੇ। ਸਮਾਰਟ ਸਿਟੀ ਐਸ ਸੇਵਕ ਨੇ ਡਿਕਲੇਅਰ ਕਰਾਇਆ, ਸਮਾਰਟ ਸਿਟੀ ਜਰਮਾਂ ਰੁਪਈਏ ਆ, ਇਹ ਕੋਈ ਨਹੀਂ ਲਿਆਉਂਦੇ ਕਿ ਨਹੀਂ ਕੁਛ ਹੋ ਪਾਇਆ। ਹਾਂਜੀ, ਦਿਲ ਦੇ ਨਾਲ ਹਲਕੀਆਂ ਗੱਲਾਂ ਤੇ ਆ ਗਏ ਫਿਰ ਜਵਾਬ ਦੇਣ ਕੰਮ ਦਾ। ਮੈਂ ਤੇ ਆਖਿਆ ਪਹਿਲੀ ਵਾਰੀ ਲੋਕਲ ਵਰਸਿਸ ਲੋਕਲ, ਲਾਟਰੀ ਐਮ ਪੀ ਹੈ, ਲਾਟਰੀ ਐਮ ਪੀ ਪਹਿਲੀ ਵਾਰੀ ਲਾਟਰੀ ਨਿਕਲੀ ਜਦੋਂ ਕੈਪਟਨ ਸਾਹਿਬ ਨੇ ਛੱਡੀ ਅਤੇ ਵੇਵ ਸੀ, ਕੈਪਟਨ ਸਾਹਿਬ ਗੁਟਕਾ ਸਾਹਿਬ ਦੀ ਸਹੁੰ ਖਾਧੀ, ਨਾਲ ਦੀ ਨਾਲ ਐਮ ਪੀ ਬਣ ਕੇ ਲਾਟਰੀ ਨਿਕਲ ਆਈ। ਦੂਜੀ ਵਾਰੀ ਬਾਹਰੋਂ ਆ ਗਏ ਪੁਰੀ ਸਾਹਿਬ, ਫਿਰ ਲਾਟਰੀ ਨਿਕਲ ਆਈ, ਪਹਿਲੀ ਵਾਰੀ ਲੋਕਲ ਵਰਸਿਸ ਲੋਕਲ। ਤੇ ਸਨ ਹੁਣ ਤੱਕ ਦੀਆਂ ਪੰਜਾਬੀ ਖਬਰਾਂ, ਜਲਦੀ ਮਿਲਦੇ ਹਾਂ, ਦੇਖਦੇ ਰਹੋ ਸੱਚ ਦਾ ਨਿਰੰਤਰ ਵਹਿੰਦਾ ਦਰਿਆ, ਸਤਲੁਜ।